ਦੇ ਦਿਨੇ ਬਹੁਤ ਸਾਰੀਆਂ ਜਥੇਬੰਦੀਆਂ ਸਮਾਜਿਕ ਅਤੇ ਰਾਜਨੀਤਿਕ ਪੋਸਟ ਮੈਟ੍ਰਿਕ ਸਕੋਲਰਸ਼ਿਪ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੀਆਂ ਆ ਰਹੀਆਂ, ਕਿਉਂਕਿ ਪਿਛਲੇ 2015-16 ਤੋਂ ਬਾਅਦ ਪੰਜਾਬ ਸਰਕਾਰ ਨੇ, ਬੇਸ਼ੱਕ ਅਕਾਲੀ ਸਰਕਾਰ ਹੈ, ਕਾਂਗਰਸ ਸਰਕਾਰ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਦਾ ਜੋ ਫੰਡ ਅਫਰੀਜ ਨਹੀਂ ਕੀਤਾ, ਇਸ ਕਰਕੇ ਵਿਦਿਆਰਥੀ ਜਿਨ੍ਹਾਂ ਨੂੰ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੀ ਰਾਸ਼ੀ ਮਿਲਣੀ ਹੈ, ਉਹ ਉਹਨਾਂ ਨੂੰ ਨਾ ਰੋਲ ਨੰਬਰ ਮਿਲ ਰਿਹਾ, ਨਾ ਐਡਮਿਟ ਕਾਰਡ ਮਿਲ ਰਿਹਾ, ਨਾ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਉਹ ਮਿਲ ਰਹੀਆਂ। ਘੱਟੋ ਘੱਟ 5000 ਕਾਲਜ ਵਿਦਿਆਰਥੀਆਂ ਦੀਆਂ ਜੋ ਡਿਗਰੀਆਂ ਉਹ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਵਿਦਵੋਡ ਕੀਤੀਆਂ ਹੋਈਆਂ, ਕਿਉਂਕਿ ਜਦ ਤੱਕ ਉਹਨਾਂ ਨੂੰ ਰਾਸ਼ੀ ਨਹੀਂ ਮਿਲਦੀ, ਰਕਮ ਨਹੀਂ ਮਿਲਦੀ, ਤਾਂ ਉਹ ਉਹਨਾਂ ਨੂੰ ਡਿਗਰੀਆਂ ਨਹੀਂ ਦਿੱਤੀਆਂ। ਬੜੇ ਪਰੇਸ਼ਾਨ ਹੈ, ਉਹਨਾਂ ਨੇ ਕਈ ਜਗ੍ਹਾ ਅਪਲਾਈ ਕਰਨਾ ਨੌਕਰੀਆਂ ਵਾਸਤੇ ਵੀ, ਅਤੇ ਬੜੇ ਉਹਨਾਂ ਦੇ ਪੇਰੈਂਟਸ ਵੀ ਬੜੇ ਦੁਖੀ ਹੈ, ਵਿਦਿਆਰਥੀ ਬੜੇ ਦੁਖੀ ਹੈ। ਹੁਣ ਅਗਾਂਹ ਕਈ ਕਾਲਜਾਂ ਦੀ ਇਕੱਠੇ ਹੋ ਕੇ ਇੱਕ ਉਹਨਾਂ ਨੇ ਜੁਆਇੰਟ ਐਕਸ਼ਨ ਕਮੇਟੀ ਬਣਾਈ ਹੈ ਔਰ ਉਹਦੀ ਮੀਟਿੰਗ ਬਠਿੰਡੇ ਹੋਈ। ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਜੋ ਪੋਸਟ ਮੈਟ੍ਰਿਕ ਸਕੋਲਰਸ਼ਿਪ ਵਾਲੇ 3 ਲੱਖ ਦਲਿਤ ਵਿਦਿਆਰਥੀਆਂ ਨੂੰ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਐਡਮਿਸ਼ਨ ਦਿੱਤਾ ਜਾਏਗਾ। ਇਹ ਬੜਾ ਮੰਦਭਾਗਾ ਫੈਸਲਾ, ਇਸ ਕਰਕੇ ਇਹਦੇ ਸਾਰੇ ਦੇ ਖਿਲਾਫ਼ ਪੰਜਾਬ ਦੇ ਸਮੂਹ ਸੰਤ ਸਮਾਜ ਜੋ ਦਲਿਤ ਸਮਾਜ ਨਾਲ ਸੰਬੰਧਿਤ ਹੈਗੇ ਆ, ਉਹਨਾਂ ਨੇ ਅਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ, ਸਮਾਜਿਕ ਸੰਗਠਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਇਸ ਅੰਦੋਲਨ ਨੂੰ ਬਹੁਤ ਤੇਜ਼ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਜੋ ਫੰਡ ਹੈ ਰਿਲੀਜ਼ ਕਰਾਇਆ ਜਾਵੇ, ਨਹੀਂ ਤਾਂ ਉਹਨਾਂ ਦਾ ਭਵਿੱਖ ਖਤਰੇ 'ਚ ਪੈ ਜਾਵੇ। ਇਸ ਕਰਕੇ ਹੁਣ ਜੋ ਫੈਸਲਾ ਕੀਤਾ, ਸਾਰੀਆਂ ਜਥੇਬੰਦੀਆਂ ਨੇ, ਧਾਰਮਿਕ, ਸਮਾਜਿਕ, ਇੱਥੋਂ ਤੱਕ ਰਾਜਨੀਤਿਕ ਜਥੇਬੰਦੀਆਂ ਦੀ ਵਿੱਚ ਹਮਾਇਤ ਹੈਗੀ ਆ, ਉਹਨਾਂ ਨੇ 10 ਅਕਤੂਬਰ ਨੂੰ ਇਹੋ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ, ਕਿਉਂਕਿ 7 ਅਕਤੂਬਰ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ, ਅਗਰ ਉਹ ਫੰਡ ਰਿਲੀਜ਼ ਕਰਦੇ ਹੈ ਤਾਂ ਠੀਕ ਹੈ, ਅਗਰ ਨਹੀਂ ਤਾਂ 10 ਅਕਤੂਬਰ ਨੂੰ 2 ਘੰਟੇ ਵਾਸਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਅਤੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਚੱਕਾ ਜਾਮ ਬੜੀ ਸਖਤੀ ਨਾਲ ਲਾਗੂ ਕਰਵਾਇਆ ਜਾਏਗਾ ਤਾਂ ਕਿ ਦਲਿਤ ਵਿਦਿਆਰਥੀਆਂ ਦਾ ਭਵਿੱਖ ਆ ਉਹ ਸੁਨਹਿਰਾ ਹੋ ਸਕੇ।